ਦੇਖੋ ਜੀ, ਕੱਲ ਮੈਨੂੰ ਇੱਕ ਵੀਡੀਓ ਵਟਸਐਪ ਤੇ ਆਈ ਸੀ ਜਿਹਦੇ ਵਿੱਚ ਜਿਹੜਾ ਆਪਣਾ ਚਾਏ ਵਾਲਾ ਜਿਹੜਾ ਇਹਦੇ ਇੱਕ ਪੀਜ਼ਾ ਦੇ ਵਿੱਚ ਸਕਿਊ ਚਟਨੀ ਫੈਕਟਰੀ ਸੀ, ਜਿਸ 'ਤੇ ਅਸੀਂ ਐਕਸ਼ਨ ਲੈਂਦੇ ਹੋਏ ਇਹਨੂੰ ਦੇਖ ਕੇ ਅੱਜ ਅਸੀਂ ਇੱਥੇ ਆਏ ਹਾਂ। ਇਹਨਾਂ ਦੀ ਕਿਚਨ ਦੀ ਇੰਸਪੈਕਸ਼ਨ ਕੀਤੀ ਹੈ, ਕਿਚਨ ਦੇ ਵਿੱਚ ਜਿਹੜੇ ਡਸਟਬਿਨ ਸੀਗੇ ਉਹ ਅਨਕਵਰਡ ਸੀ ਔਰ ਚੋਪਿੰਗ ਬੋਰਡਸ ਵੀ ਜਿਹੜੇ ਸੀ ਕੰਟੈਮੀਨੇਟਡ ਸੀ ਐਂਡ ਕੁਛ ਕੱਪਾ ਬੇਸਣ ਦਾ ਪੈਕਟ ਸੀ ਜਿਹੜਾ ਖੁੱਲ੍ਹੇ ਹੋਇਆ ਸੀ, ਐਕਸਪਾਇਰਡ ਸੀ, ਉਸਨੂੰ ਅਸੀਂ ਡਿਸਟਰੋਏ ਕਰ ਦਿੱਤਾ। ਔਰ ਇਹਨਾਂ ਦਾ ਜਿਹੜਾ ਨੀਰ ਸੀ ਉਹਦਾ ਅਸੀਂ ਸੈਂਪਲ ਲੈ ਲਿਆ, ਜਿਸ ਚਾਏ 'ਤੇ ਪੱਤੀ ਯੂਜ ਕਰਦੇ ਹਾਂ ਉਹਦਾ ਸੈਂਪਲ ਲੈ ਲਿਆ ਔਰ ਨਾਲ ਹੀ ਆਪਾਂ ਇਹਨਾਂ ਨੂੰ ਇਸ਼ੂ ਕਰ ਦਿੱਤਾ। ਜਿਹੜੀ ਮੇਰੀ ਇਹੀ ਹੈ ਕਿ ਸਾਨੂੰ ਡਿਪਾਰਟਮੈਂਟ ਨੂੰ ਲਗਾਤਾਰ ਜਿਹੜਾ ਸੁੰਡੀਆਂ ਵਗੈਰਾ ਵਾਲੇ ਕੰਪਲੇਂਟਸ ਜਿਹੜੀਆਂ ਬੜੇ ਰੈਸਟੋਰੈਂਟਸ ਪਿਛਲੇ ਕੱਲ੍ਹ ਸਾਡੇ ਪੈਲਸ ਵਾਲੀ ਕੰਪਲੇਂਟ ਸੀ। ਸੋ ਡਿਪਾਰਟਮੈਂਟ ਸਾਰਿਆਂ ਨੂੰ ਅਪੀਲ ਹੈ ਕਿ ਆਪਣੇ ਜਿਹੜੇ ਰੈਸਟੋਰੈਂਟਸ ਦੀ ਕਿਚਨ ਦੀ ਹਾਈਜੀਨ ਹੈ ਸਹੀ ਕਰੋ, ਸਹੀ ਤਰੀਕੇ ਦੇ ਨਾਲ ਆਪਣਾ ਜਿਹੜਾ ਹੈ ਚੀਜ਼ਾਂ ਨੂੰ ਪ੍ਰਪੇਅਰ ਕਰੋ, ਐਕਸਪਾਇਰਡ ਆਈਟਮਸ ਨੂੰ ਜਿਹੜਾ ਹੈਗਾ ਕਿਸੇ ਹਾਲਤ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜੇਕਰ ਫਿਰ ਵੀ ਇਹ ਤੁਸੀਂ ਲੋਕ ਨਹੀਂ ਸਮਝਦੇ ਤਾਂ ਡਿਪਾਰਟਮੈਂਟ ਨੇ ਜਿਹੜਾ ਆਪਣਾ ਸਖਤ ਰੁੱਖ ਜਿਹੜਾ ਹੈ ਅਖਤਿਆਰ ਕਰਨਾ। ਲੋਕ ਕਿਉਂ ਨਹੀਂ ਸਮਝਦੇ ਸਮਾਨ ਜਿਹੜਾ ਰੱਖਦੇ ਨੇ ਤਰੀਕਾ ਲੰਘ ਜਾਂਦੀਆਂ ਐਕਸਪਾਇਰ ਹੋ ਜਾਂਦਾ, ਕਿਉਂ ਨਹੀਂ ਇਹ ਸਮਝਦੇ? ਦੇਖੋ ਗੱਲ ਇਸ ਤਰ੍ਹਾਂ ਹੁੰਦੀ ਹੈ ਜੀ, ਜਿਸ ਤਰ੍ਹਾਂ ਇਹ ਕੀ ਕਰਦੇ ਆ ਇਹ ਜਿਸ ਤਰ੍ਹਾਂ ਸਾਡੇ ਸਟੋਰਸ ਨੇ ਉੱਥੇ ਕੀ ਹੁੰਦਾ 15 ਦਿਨ 20 ਦਿਨ ਜਾਂ 30 ਦਿਨ ਪਹਿਲਾਂ ਐਕਸਪਾਇਰੀ ਤੋਂ ਸਮਾਨ ਇਹ ਲੈ ਆਉਂਦੇ ਆ ਔਰ ਇਹਨਾਂ ਦਾ ਜਿਹੜਾ ਯੂਜ਼ ਘੱਟ ਹੋਣ ਕਰਕੇ ਇਹ ਫਿਰ ਉਸ 'ਤੇ ਧਿਆਨ ਨਹੀਂ ਦਿੰਦੇ ਕਿ ਚੀਜ਼ ਐਕਸਪਾਇਰਡ ਹੋ ਚੁੱਕੀ ਹੈ। ਸੋ ਮੇਰੀ ਹੁਣ ਸਾਡੀ ਵੀ ਸਾਨੂੰ ਕਿਉਂਕਿ ਲਗਾਤਾਰ ਇੱਕ ਤੋਂ ਬਾਅਦ ਕੰਪਲੇਂਟਸ ਆ ਰਹੀਆਂ, ਤਾਂ ਡਿਪਾਰਟਮੈਂਟ ਦੇ ਅਗਰ ਇਹੋ ਜਿਹਾ ਕੰਮ ਤੁਸੀਂ ਲੋਕ ਕਰੋਗੇ ਤਾਂ ਡਿਪਾਰਟਮੈਂਟ ਫਿਰ ਸਖਤ ਤੋਂ ਸਖਤ ਐਕਸ਼ਨ ਲਏਗਾ, ਫਿਰ ਨਾ ਕਿਹਾ ਜਾਵੇ ਕਿ ਸਾਨੂੰ ਜਿਹੜਾ ਡਿਪਾਰਟਮੈਂਟ ਤੰਗ ਕਰਦਾ। ਜਿਹੜੇ ਸਪੈਰ ਹੋ ਜਾਂਦੇ ਲੱਗਦਾ ਹੈ ਕੋਈ ਮਰ ਵੀ ਸਕਦਾ ਹੈ ਜਾਂ ਕੋਈ ਹਾਸਾ ਵੀ ਹੋ ਸਕਦਾ ਹੈ? ਇਹ ਦੇਖੋ ਨਹੀਂ, ਚੀਜ਼ਾਂ ਇਸ ਤਰ੍ਹਾਂ ਹੁੰਦਾ ਜਦੋਂ ਕੋਈ ਚੀਜ਼ ਦੇ ਸੀ ਬੈਸਟ ਬਿਫੋਰ ਲਿਖੀ ਹੈ ਡੇਟ, ਤਾਂ ਇਟ ਮੀਨਸ ਕਿ ਉਸ ਤੋਂ ਬਾਅਦ ਉਹਦੀ ਜਿਹੜੀ ਚੀਜ਼ਾਂ ਦੀ ਖਾਣ ਦੀ ਜਿਹੜੀ ਦੇ ਨਾਲ ਕਈ ਤਰੀਕੇ ਦੀ ਕੰਸਟੀਪੇਸ਼ਨਸ ਆ ਸਕਦੀਆਂ। ਯੈਸ, ਅਗਰ ਕੋਈ ਵੀ ਚੀਜ਼ ਮਤਲਬ ਸਾਲ ਦੋ ਸਾਲ ਤੋਂ ਵੱਧ ਐਕਸਪਾਇਰਡ ਹੈ ਤਾਂ ਓਬਵੀਅਸਲੀ ਉਹਨਾਂ ਕੋਈ ਨਾ ਕੋਈ ਵੀ ਮਿਸਹੈਪਿੰਗ ਵੀ ਹੋਣ ਦੇ ਚਾਂਸਿਸ ਰਹੇ। ਤੁਸੀਂ ਜੁਰਮਾਨਾ ਪਾਇਆ ਜਾਂ ਕੋਈ? ਨਹੀਂ, ਅਸੀਂ ਸੈਂਪਲ ਲੈ ਲਏ ਜੀ, ਉਹ ਨਾਲ ਚਲਾਨੀਆਂ ਦਾ ਇਸ਼ੂ ਕਰ ਦਿੱਤਾ।